ਕਨੌਰ ਵਿਖੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਨ ਸੰਪਰਕ ਰੈਲੀ ਕੀਤੀ ਗਈ ਜਿੱਥੇ ਕਿ ਹਮੇਸ਼ਾ ਦੀ ਤਰ੍ਹਾਂ ਬਾਜਵਾ ਧੜਾ ਗੈਰ ਹਾਜ਼ਰ ਰਿਹਾ ਉੱਥੇ ਕਨੌਰ ਵਿਖੇ ਸਰਕਾਰ ਦੀ ਇੱਕ ਨਵੀਂ ਹੀ ਧੜੇਬੰਦੀ ਤੂਲ ਫੜਦੀ ਨਜ਼ਰ ਆਈ ਦੇਖੋ ਪੂਰਾ ਮਾਮਲਾ ਕਾਂਗਰਸ ਵਿੱਚ ਧੜੇਬੰਦੀ ਦਾ ਮਾਮਲਾ ਕਾਫੀ ਪੁਰਾਣਾ ਹੈ ਫਿਰ ਚਾਹੇ ਕਾਂਗਰਸ ਦੀ ਧੜੇਬੰਦੀ 1996 ਵਿੱਚ ਰਜਿੰਦਰ ਕੌਰ ਪੱਠਲ ਦੇ ਮੁੱਖ ਮੰਤਰੀ ਬਣਨ ਮੌਕੇ ਸਾਹਮਣੇ ਆਈ ਹੋਵੇ ਜਾਂ ਫਿਰ ਪ੍ਰਤਾਪ ਸਿੰਘ ਬਾਜਵਾ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਉੱਤੇ ਮੰਨਿਆ ਜਾਂਦਾ ਹੈ ਕਿ ਹਰ ਵਾਰ ਕਾਂਗਰਸ ਨੂੰ ਧੜੇਬੰਦੀ ਕਾਰਨ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਉੱਥੇ ਹੁਣ ਮਾਮਲਾ ਹੈ ਕਨੌਰ ਦਾ ਜਾਣਕਾਰੀ ਮੁਤਾਬਕ ਇੱਕ ਪਾਸੇ ਤਾਂ ਸਾਬਕਾ ਕੈਬਨਿਟ ਮੰਤਰੀ ਜਸਜੀਤ ਸਿੰਘ ਰੰਧਾਵਾ ਦੀ ਬੇਟੀ ਅਨੂ ਰੰਧਾਵਾ ਐਮਐਲਏ ਦੀ ਟਿਕਟ ਲਈ ਖੁਦ ਨੂੰ ਦਾਅਵੇਦਾਰ ਦੱਸ ਰਹੀ ਹੈ ਤਾਂ ਦੂਜੇ ਪਾਸੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਇੱਥੋਂ ਚੋਣ ਲੜਨਾ ਚਾਹੁੰਦੇ ਨੇ ਉੱਥੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਐਮਐਲਏ ਮਦਨ ਲਾਲ ਜਲਾਲਪੁਰ ਨੂੰ ਉਮੀਦਵਾਰੀ ਲਈ ਹਰੀ ਝੰਡੀ ਦਿਖਾਉਣ ਦੇ ਸੰਕੇਤ ਦੇ ਗਏ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਰੈਲੀ ਦਾ ਅਨੂ ਰੰਧਾਵਾ ਤੇ ਬੀਰ ਦਵਿੰਦਰ ਸਿੰਘ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਸੀ ਪਰ ਕੈਪਟਨ ਸਾਹਿਬ ਨੇ ਮਦਨ ਲਾਲ ਜਲਾਲਪੁਰ ਦੇ ਸਹਿਯੋਗ ਨਾਲ ਕਨੌਰ ਵਿਖੇ ਰੈਲੀ ਕੀਤੀ ਉੱਥੇ ਅਮਰਿੰਦਰ ਸਿੰਘ ਨੇ ਧੜੇਬੰਦੀ ਪੈਦਾ ਕਰਨ ਵਾਲਿਆਂ ਖਿਲਾਫ ਸਖਤ ਕਦਮ ਚੁੱਕਣ ਦੀ ਚੇਤਾਵਨੀ ਵੀ ਦੇ ਦਿੱਤੀ ਅਸੀਂ ਕੋਈ ਧੜੇਬੰਦੀ ਨਹੀਂ ਹੋਣ ਦੇਣੀ ਅਗਰ ਧੜੇਬੰਦੀ ਕੋਈ ਕਰੂਗਾ ਮੈਂ ਬੜੀ ਸਖਤੀ ਨਾਲ ਨਿਪਟੂਗਾ ਕੈਂਡੀਡੇਟ ਮੈਂ ਨਹੀਂ ਕਰ ਸਕਦਾ ਉਹ ਤਾਂ ਕਾਂਗਰਸ ਪ੍ਰੈਜ਼ੀਡੈਂਟ ਕਰਨਗੇ ਲੇਕਿਨ ਜਿੱਥੇ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕਰੇ ਪਾਰਟੀ ਨੂੰ ਕਮਜ਼ੋਰ ਕਰੇ ਉਹ ਮੈਂ ਸਖਤੀ ਕਰੂੰਗਾ ਉੱਥੇ ਪੰਜਾਬ ਵਿੱਚ ਪਰਮਾਣੂ ਪਾਵਰ ਪਲਾਂਟ ਲਗਾਉਣ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਚੁਣੌਤੀ ਦਿੱਤੀ ਕਿ ਉਹ ਪਟਿਆਲਾ ਵਿੱਚ ਪਰਮਾਣੂ ਪਾਵਰ ਪਲਾਂਟ ਨਹੀਂ ਲੱਗਣ ਦੇਣਗੇ ਨਹੀਂ ਮੈਂ ਉਹਦੇ ਸਖਤ ਖਿਲਾਫ਼ ਹਾਂ ਮੈਂ ਪਹਿਲਾਂ ਵੀ ਖਿਲਾਫ਼ ਸੀ ਸਾਨੂੰ ਕੋਈ ਲੋੜ ਨਹੀਂ 14 ਯੂਨਿਟ ਸਾਡੇ ਬਿਜਲੀ ਦੇ ਚੱਲ ਰਹੇ ਨੇ ਦੋ ਚਲਾ ਰਹੇ ਹੋ ਤੁਹਾਨੂੰ ਬਿਜਲੀ ਦੀ ਕੋਈ ਘਾਟ ਨਹੀਂ ਔਰ ਪਰਮਾਣੂ ਦਾ ਖਤਰਾ ਬਹੁਤ ਹੈ ਮੈਂ ਉਹਦੇ ਖਿਲਾਫ਼ ਇੱਥੇ ਜ਼ਿਕਰਯੋਗ ਹੈ ਕਿ ਬੇਸ਼ੱਕ ਕੈਪਟਨ ਸਾਹਿਬ ਵੱਲੋਂ ਧੜੇਬੰਦੀ ਨਾ ਹੋਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਪੰਜਾਬ ਕਾਂਗਰਸ ਦੇ ਆਗੂਆਂ ਵੱਲੋਂ ਸਮੇਂ-ਸਮੇਂ ਉੱਤੇ ਪਾਰਟੀ ਦਰਮਿਆਨ ਧੜੇਬੰਦੀ ਹੋਣ ਦੇ ਸਬੂਤ ਵੀ ਦਿੱਤੇ ਗਏ ਨੇ ਪਟਿਆਲਾ ਤੋਂ ਮਨੋਜ ਤੇ ਨਾਲ ਪੁਰਨੀਤ ਕੌਰ ਗਲੋਬਲ ਪੰਜਾਬ ਟੀਵੀ